are watching Channel Y. Channel Y, a South Asian Canadian channel. ਪੰਜਾਬ ਏਕਤਾ ਪਾਰਟੀ ਵੱਲੋਂ ਪ੍ਰਧਾਨ ਸੁਖਬਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕਿਹਾ ਕਿ ਭੂ ਮਾਫੀਆ ਦੇ ਸਮਰਥਕ ਤੇ ਹਾਈ ਕੋਰਟ ਦਾ ਅਪਮਾਨ ਕਰਨ ਵਾਲੇ ਆਸ਼ੂ ਨੂੰ ਤੁਰੰਤ ਕੈਬਨਿਟ ਵਿੱਚੋਂ ਬਾਹਰ ਕੱਢਣ ਦੇ ਨਾਲ ਨਾਲ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਅਕਾਲੀ ਦਲ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੇ ਕਾਰਜਕਾਲ ਦੌਰਾਨ ਹੋਈਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਵੀ ਯਾਦ ਕਰਨੀਆਂ ਚਾਹੀਦੀਆਂ ਨੇ। ਖਹਿਰਾ ਨੇ ਟਕਸਾਲੀ ਅਕਾਲੀਆਂ ਤੇ ਵੀ ਬੋਲਿਆ। ਉਹਨਾਂ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿੱਚ ਰਹਿੰਦੇ ਹੋਏ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਟਕਸਾਲੀ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਵਿੱਚ ਟਕਰਾਅ ਹੋ ਗਿਆ ਸੀ, ਜਿਸ ਕਾਰਨ ਅਕਾਲੀ ਟਕਸਾਲੀਆਂ ਨੇ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਪਰ ਉਹਨਾਂ ਦੀ ਇਸ ਘੋਸ਼ਣਾ ਤੇ ਉਹਨਾਂ ਨੂੰ ਵਿਚਾਰ ਕਰਨ ਲਈ ਕਿਹਾ ਗਿਆ ਹੈ, ਪਰ ਟਕਸਾਲੀ ਆਪਣੇ ਫੈਸਲੇ ਤੇ ਅਟਲ ਖੜੇ ਨੇ। ਦੇਖੋ, ਸਭ ਤੋਂ ਜਿਹੜਾ ਮੇਨ ਇਸ਼ੂ ਅੱਜ ਦਾ ਸੀਗਾ ਸਾਡਾ, ਉਹ ਇਹ ਸੀਗਾ ਕਿ ਜਿਹੜਾ ਭਾਰਤ ਭੂਸ਼ਣ ਆਸ਼ੂ ਮਿਨਿਸਟਰ ਨੇ ਲੁਧਿਆਣੇ ਤੋਂ, ਉਹਨਾਂ ਨੇ ਜੋ ਬਦਕਲਾਮੀ ਕੀਤੀ, ਜੋ ਉਹਨਾਂ ਨੇ ਦੁਰਵਿਵਹਾਰ ਕੀਤਾ ਆਫਿਸਰਸ ਨਾਲ, ਕਲਾਸ 1 ਆਫਿਸਰਸ, ਚਾਹੇ ਉਹ DSP ਪੰਜਾਬ ਪੁਲਿਸ ਦੇ, ਚਾਹੇ ਉਹ SC ਨੇ ਲੋਕਲ ਬੋਡੀਜ਼ ਦੇ, ਔਰ ਉਹਨਾਂ ਨੂੰ ਆਡੀਓ ਦੇ ਉੱਤੇ ਡਰਾਇਆ ਅਤੇ ਧਮਕਾਇਆ, ਔਰ ਇੱਥੋਂ ਤੱਕ ਗਏ ਕਿ ਹਾਈ ਕੋਰਟ ਦੇ ਆਰਡਰਸ ਦੀ ਉਲੰਘਣਾ ਕਰਨ ਦੀ ਹਦਾਇਤ ਦੇ ਰਿਹਾ ਇੱਕ ਮਿਨਿਸਟਰ, ਜਿਹੜਾ ਮਿਨਿਸਟਰ ਖੁਦ ਸੰਵਿਧਾਨ ਦੀ ਸਹੁੰ ਚੁੱਕਦਾ, ਸੰਵਿਧਾਨ ਦਾ, ਕੋਨਸਟੀਟਿਊਸ਼ਨ ਦਾ ਕਸਟੋਡੀਅਨ ਅਤੇ ਰਖਵਾਲਾ ਬਣਦਾ, ਅਗਰ ਉਹੀ ਆਫਿਸਰਸ ਨੂੰ ਧਮਕਾਵੇਗਾ, ਡਰਾਵੇਗਾ ਔਰ ਕਰਪਸ਼ਨ ਵਿੱਚ ਇੰਡਲਜ ਕਰੇਗਾ, ਕਿਉਂਕਿ ਜਿਹੜਾ RK ਹੋਮਸ ਦਾ ਪ੍ਰੋਜੈਕਟ ਸੀਗਾ, ਸਾਰੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਗੂੰਜੀ ਕਿ ਉਹਨਾਂ ਦੇ ਜਿਹੜੇ ਮਾਲਕ ਸੀਗੇ ਉਹਨਾਂ ਨੂੰ ਚੇਂਜ ਆਫ ਲੈਂਡ ਯੂਜ਼ ਦਵਾਉਣ ਵਿੱਚ ਮਿਸਟਰ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਰੋਲ ਆ। ਔਰ ਪੰਜਾਬ ਸਰਕਾਰ ਨੇ, ਕਾਂਗਰਸ ਗਵਰਨਮੈਂਟ ਨੇ ਕਰਪਸ਼ਨ ਨੂੰ ਬੰਦ ਤਾਂ ਕੀ ਕਰਨਾ ਸੀ, ਉਲਟਾ ਵਿਸਲ ਬਲੋਅਰ ਕੁਲਦੀਪ ਸਿੰਘ ਖਹਿਰਾ ਦੇ ਉੱਤੇ ਇੱਕ ਕ੍ਰਿਮੀਨਲ ਕੇਸ ਦਰਜ ਕਰਕੇ, ਧੋਖਾਧੜੀ, ਚੋਰੀ ਵਗੈਰਾ ਦਾ ਕਰਕੇ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਸੋ ਇਹ ਦੇਖੋ, ਗੱਲ ਇਹ ਹੈਗੀ ਆ ਕਿ ਜਿਹੜੇ ਸਾਡੇ CRPF ਦੇ 44 ਜਵਾਨ ਮਾਰੇ ਗਏ, ਉਹ ਬਹੁਤ ਮੰਦਭਾਗੀ ਘਟਨਾ ਸੀਗੀ, ਬਹੁਤ ਅਫਸੋਸਨਾਕ, ਦੁੱਖਦਾਈ। ਔਰ ਉਸ ਤੋਂ ਬਾਅਦ ਆਪਣੀ ਭਾਰਤ ਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਕੀਤੀਆਂ, ਔਰ ਸਰਜੀਕਲ ਸਟ੍ਰਾਈਕ ਦੇ ਵਿੱਚ ਜਿਹੜੀ ਕਾਮਯਾਬੀ ਹੈ ਉਹ ਜੋ ਇਹਨਾਂ ਨੇ ਮੀਡੀਆ ਨੂੰ ਦੱਸਿਆ, ਅਸੀਂ ਉਹਦੇ 'ਤੇ ਭਰੋਸਾ ਕਰਦੇ ਹਾਂ। ਪਰ ਨਾਲ ਨਾਲ ਇਸ ਤਰ੍ਹਾਂ ਨਜ਼ਰ ਆਉਣ ਲੱਗ ਗਿਆ ਥੋੜ੍ਹੇ ਸਮੇਂ ਬਾਅਦ, ਜਿੱਦਾਂ BJP ਇਸ ਨੂੰ ਪੋਲੀਟੀਸਾਈਜ਼ ਕਰ ਰਹੀ ਹੈ। ਉਹਨਾਂ ਨੇ, ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪਣੀ ਰੈਲੀਆਂ ਦੇ ਵਿੱਚ ਜਿਹੜੇ CRPF ਦੇ ਸ਼ਹੀਦ ਜਵਾਨ ਸੀ ਉਹਨਾਂ ਦੀਆਂ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ। BJP ਨੇ ਆਪਣੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਪ੍ਰੋਪੀਗੈਂਡਾ ਸ਼ੁਰੂ ਕਰਤਾ। ਬਹੁਤ ਸਾਰੇ BJP ਦੇ ਆਗੂਆਂ ਨੇ ਸ਼ਹਿਰਾਂ ਵਿੱਚ ਫਲੈਕਸ ਬੋਰਡ ਲਾ ਕੇ, ਇਸ ਤਰ੍ਹਾਂ ਜਿੱਦਾਂ ਕਿ ਇਹ ਸਾਰਾ ਸ਼ਹੀਦ ਜਵਾਨ ਨਹੀਂ ਬਲਕਿ BJP ਜਿਹੜੀ ਆ ਉਹ ਸਾਰਾ ਕੁਝ ਕਰ ਰਹੀ। ਔਰ ਉਸ ਦਾ ਇੱਕ ਕੱਲ੍ਹ ਤੋਂ ਪਰਸੋਂ ਤੋਂ ਇੱਕ ਹਾਲਾਤ ਬਦਲੇ ਕਿ ਸਾਡਾ ਜਿਹੜਾ MiG-21 ਦਾ ਪਾਇਲਟ ਸੀਗਾ ਉਹ ਪਾਕਿਸਤਾਨ ਦੀ ਹਿਰਾਸਤ। ਦੇਖੋ, ਅਕਾਲੀ ਜਿਹੜੇ ਨੇ ਉਹ ਤਾਂ ਮੌਕਾ ਲੱਭਦੇ ਨੇ ਭੰਡੀ ਪ੍ਰਚਾਰ ਕਰਨ ਦਾ, ਉਹ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਦੀ ਹਿਫਾਜ਼ਤ ਕੀਤੀ, ਬਹਿਬਲ ਕਲਾਂ ਦੇ ਵਿੱਚ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਵਾਲਿਆਂ ਦੀ ਹਿਫਾਜ਼ਤ ਕੀਤੀ, ਔਰ ਉਹ ਸਿਰਫ ਇਸ਼ੂ ਲੱਭ ਕੇ ਅਤੇ ਭੰਡੀ ਪ੍ਰਚਾਰ ਕਰਨਾ ਜਾਣਦੇ, ਉਹਨਾਂ ਦੀ ਉਹ ਨਿੱਜੀ ਰੰਜਿਸ਼ ਆ ਨਵਜੋਤ ਸਿੰਘ ਸਿੱਧੂ ਨਾਲ, ਉਸ ਨੂੰ ਇੱਕ ਨੈਸ਼ਨਲ ਰੰਗ ਦੇਣ ਦਾ ਜਾਂ ਸ਼ਹੀਦਾਂ ਦੇ ਉੱਤੇ ਪੋਲਿਟਿਕਸ ਕਰਨ ਦਾ ਜਿਹੜਾ ਕੋਈ ਅਧਿਕਾਰ ਅਕਾਲੀ ਅਖੌਤੀ ਅਕਾਲੀਆਂ ਨੂੰ ਨਹੀਂ ਹੋਣਾ ਚਾਹੀਦਾ। You are watching Channel Y, Channel Y, a South Asian Canadian channel.